ਹੁਣ ਆਪਾਂ ਪਹੁੰਚ ਗਏ ਗਹੀਰ ਵਾਲਿਆਂ ਦੇ ਐਗਰੀਕਲਚਰ ਇੰਪਲੀਮੈਂਟ ਇਹਨਾਂ ਦੇ ਤੁਹਾਨੂੰ ਦਿਖਾਉਂਦੇ ਹਾਂ। ਸਭ ਤੋਂ ਪਹਿਲਾਂ ਆ ਗਏ ਇਹਨਾਂ ਦੇ ਸਪਰੇ ਪੰਪ, ਬਹੁਤ ਵਧੀਆ ਕੁਆਲਿਟੀ ਦੇ ਸਪਰੇ ਪੰਪ ਨੇ। ਦੇਖੋ ਬਾਬਾ ਜੀ, ਅਤੇ ਇਹਦੇ ਮਗਰ ਦੋ ਨਿਊਜ਼ਲਾਂ ਨੇ 70,500 ਰੁਪਇਆ ਕੀਮਤ ਆ, 10,000 ਡਿਸਕਾਊਂਟ ਦੀ, 87,500 ਦੀ। ਅਤੇ ਇਹ ਆ ਗਿਆ ਇਹਦਾ ਗੰਨੇ ਗੁੰਨੇ ਦੇ ਵਿੱਚ ਜਾਂ ਮੱਕੀ ਦੇ ਵਿੱਚ ਸਫਾਈ ਕਰਨ ਵਾਲਾ। ਆਹ ਰੋਟਾਵੇਟਰ ਆ ਗਏ ਇਹਨਾਂ ਦੇ, ਰੋਟਾਵੇਟਰ ਦਾ ਪ੍ਰਾਈਜ਼ ਦੇਖੀਏ, 8 ਫੁੱਟ ਰੋਟਾਵੇਟਰ ਆ, 10,000 ਡਿਸਕਾਊਂਟ, 1,22,000 ਦਾ ਹੈ। ਵੈਸੇ 1,32 ਜਾਂ 1,22 ਦਾ ਮੇਲੇ 'ਤੇ ਮਿਲ ਰਿਹਾ। ਇਹ ਵੀ ਇਹ 9 ਫੁੱਟ ਹੈ, 1,39 ਦਾ ਮੇਲੇ 'ਤੇ, 1,29 ਦਾ। ਇਹ 10 ਫੁੱਟ ਆ ਗਿਆ ਜੀ, 1,43 ਦਾ ਮੇਲੇ 'ਤੇ, 1,33 ਦਾ। ਇਹ ਆ ਗਿਆ ਗਹੀਰ ਜੀਰੋ ਡਰਿੱਲ, 13 ਫਾਲਿਆਂ ਵਾਲੀ, 70,000 ਦੀ, 10,000 ਡਿਸਕਾਊਂਟ। ਅਤੇ ਇਹ ਆ ਗਿਆ ਸੁਪਰ ਸੀਡਰ, 2,50,000 ਰੁਪਏ ਦਾ। ਵੈਸੇ 2,95 ਰੇਟ ਆ, ਡਿਸਕਾਊਂਟ 30,000, ਫਰੀ ਕਿੱਟ 15,000 ਰੁਪਏ। ਇਹ ਆ ਗਿਆ 9 ਫੁੱਟ, 3,10,000 ਦਾ ਹੈ, 30,000 ਡਿਸਕਾਊਂਟ ਆ, 16,000 ਦੀ ਫਰੀ ਕਿੱਟ, ਉਹਦੇ ਕਰਕੇ 2,64 ਦਾ। ਜਿਹੜੀ ਇਹ ਆ ਵੀਰੇ, ਇਹ ਜੀਰੀ ਵਾਲੀ ਆ, ਕਾਹਦੇ ਵਾਲੀ, ਜਿਹੜੇ ਉਹ ਪਿੱਛੇ ਲੱਗਿਆ ਪਿਆ ਹੈ ਜੀ। ਅੱਛਾ, ਉਹ ਸਾਰੀ ਮਲਟੀ ਕਰੋਪ ਆ ਜੀ। ਓਕੇ, ਇਹਦੇ ਨਾਲ ਕਣਕ ਬਿਜਾਈ, ਜੀਰੀ, ਸਰੋਂ, ਕਾਫੀ ਫਸਲਾਂ ਬੀਜੀਆਂ ਜਾਂਦੀਆਂ ਨੇ, ਅਤੇ ਇਹਨੂੰ ਮਲਟੀ ਕਰੋਪ ਕਹਿ ਦਿੰਦੇ ਨੇ। ਅਤੇ ਅੱਗੇ ਆ ਗਿਆ ਇਹਨਾਂ ਦਾ ਰੀਪਰ, ਰੀਪਰ ਹੈਗਾ ਇਹਦਾ 3,60,000 ਦਾ, 40,000 ਡਿਸਕਾਊਂਟ, 10,000 ਦਾ, ਕੂਪਨ ਦੀ ਸਕੀਮ ਆ। ਬੱਲੇ 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 ਬੱਲੇ, ਆਹ ਆ ਗਿਆ ਜੀ ਲੇਜ਼ਰ ਲੈਵਲਰ, ਤੁਸੀਂ ਚੈੱਕ ਕਰੋ। ਇਹਨੂੰ ਇਕੱਠੇ ਕਰਨ ਨੂੰ ਵੀ ਆਹ ਜੈੱਕ ਲੱਗੇ ਹੋਏ ਨੇ, ਇਕੱਠਾ ਕਰਨ ਨੂੰ ਵੀ, ਇੱਕ ਉੱਧਰ ਜੈੱਕ ਆ, ਇੱਕ ਇੱਧਰ ਜੈੱਕ ਆ, ਫੋਲਡ ਹੋ ਕੇ ਚੱਲਦਾ ਏ। ਵੀਜੀ ਇਹਦੀ ਚੜਾਈ ਕਿੰਨੀ ਆਈ? 14 ਫੁੱਟ ਆ। ਇਹ ਅੱਗੇ ਵੀ ਫੋਲਡ ਹੁੰਦਾ, ਪਿੱਛੋਂ ਟਾਇਰ ਵੀ ਫੋਲਡ ਹੁੰਦੇ ਨੇ। ਇਹਦਾ ਪ੍ਰਾਈਜ਼ ਕਿੰਨਾ ਜੀ? 5,70,000। 5,00,000 ਰੁਪਏ ਦਾ ਮਤਲਬ। ਓਕੇ 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 ਓਕੇ। ਇਹ ਹੈਗਾ ਜੀ 14 ਫੁੱਟ, 6,00,000 ਪ੍ਰਾਈਜ਼ ਆ, 70,000 ਡਿਸਕਾਊਂਟ ਆ, ਅਤੇ ਮੇਲੇ 'ਤੇ ਮਿਲ ਰਿਹਾ 5,00,000 ਰੁਪਏ ਦਾ। ਸਾਰਾ ਫੁੱਲ ਹੈਵੀ ਆ, ਉਹਦੀ ਟਾਇਰ ਦੇਖੋ, ਆਮ ਨੂੰ ਤਾਂ ਇੱਕ ਨਹੀਂ ਆਉਂਦਾ ਐਡਾ ਜੋੜਾ ਟਾਇਰਾਂ ਦਾ, ਜਿੰਨਾ ਇਹਨੂੰ ਡਬਲ ਨੇ। ਇਹ ਇਕੱਠਾ ਹੋ ਕੇ, ਇੱਕ ਆਹ ਪਿੰਨਾ, ਇੱਕ ਉਹ ਪਿੰਨਾ, ਇਕੱਠਾ ਹੋ ਕੇ ਵਿੱਚ ਪੈ ਜਾਂਦਾ, ਫਿਰ ਚੱਲਦਾ ਹੈ। ਕਿਆ ਬਾਤ ਆ ਯਾਰ ਵੀਰੇ, ਫਿਰ ਇਹਦਾ ਟਾਇਰ ਕਿਵੇਂ ਘੁੰਮਦੇ ਨੇ? ਜਿੱਦਾਂ ਐਂ ਇਕੱਠਾ ਹੋ ਜਾਂਦਾ ਫਿਰ ਟਾਇਰ, ਜਿੱਦਾਂ ਇਹ ਇਕੱਠਾ ਹੋ ਜਾਂਦਾ ਫਿਰ ਇਹਦੇ ਟਾਇਰ ਪੁੱਠੇ ਨਹੀਂ ਹੋ ਜਾਂਦੇ? ਨਹੀਂ ਨਹੀਂ, ਟਾਇਰ ਪੁੱਠੇ ਨਹੀਂ ਹੁੰਦੇ, ਜਿਹੜਾ ਇਹ ਐਕਸ ਲਾਈ। ਓਕੇ 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 ਓਕੇ, ਅੱਛਾ ਜੀ, ਗਰਾਰੀਆਂ ਨੇ ਜੀ, ਕਮਾਲ ਆ ਯਾਰ। ਓਕੇ, ਇਹਨਾਂ ਨੇ ਇਹੀ ਪੋਜੀਸ਼ਨ ਤੇ ਰਹਿਣਾ ਹੈ? ਹਾਂ, ਨੇੜੇ ਆ ਜਾਣਗੇ ਪਰ ਰਹਿਣਗੇ ਤਾਂ ਇੱਦਾਂ ਹੀ, ਹਾਂ, ਜਿਹੜੀ ਇਹਦੇ ਇਹ ਬਾਗਟ ਦੇ ਬਰਾਬਰ ਰਹਿਣਗੇ। ਕਿਆ ਬਾਤ ਆ ਯਾਰ, ਇਹ ਤਾਂ ਮੈਂ ਕਹਿੰਦਾ ਆਹ ਚੀਜ਼ ਤਾਂ ਦੇਖੀਓ ਪਹਿਲੀ ਵਾਰ ਆ, ਕਿਸੇ ਦੇ ਨਹੀਂ ਮੇਲੇ ਤੇ ਐਡਾ ਹੈਗਾ। ਸੈਟ ਇਹਦੇ ਅਲਫਾ ਦਾ ਜੀ? ਆਪਣਾ ਤੁਹਾਡਾ ਜੀ? ਓਕੇ, ਦੇਖੋ ਬਾਈ ਜੀ, 14 ਫੁੱਟ,
ਤੇ ਘੱਟੋ ਘੱਟ 90 ਐਚ ਪੀ ਟਰੈਕਟਰ ਚਾਹੀਦਾ 75 ਜਾਂ 90 ਐਚ ਪੀ ਉਹ ਚਲਾਊਗਾ ਉੱਥੇ ਪਿੰਨਾਂ ਪੈਂਦੀਆਂ ਨੇ ਬਾਗਟ ਇਕੱਠੀ ਹੋ ਜਾਂਦੀ ਆ ਅਤੇ ਇੱਧਰ ਪਿੱਛੇ ਹੀ ਪਿੰਨਾਂ ਪੈਂਦੀਆਂ ਨੇ ਬਹੁਤ ਤਕੜਾ ਜੁਗਾੜ ਆ ਕਿਉਂਕਿ ਵੱਡੇ ਫਾਰਮਾਂ 'ਚ ਚਲਾਉਣ ਲਈ ਇਹ ਬਹੁਤ ਵਧੀਆ ਹੈ ਕੰਮ ਬਹੁਤ ਨਿਬੇੜਦਾ ਜਿੱਦਾਂ ਹੁਣ ਆਹ ਦੇਖ ਲਓ ਇਹ ਵੀ ਆ ਅਤੇ ਉਹਦਾ ਅਤੇ ਇਹਦਾ ਕਿੰਨਾ ਫਰਕ ਆ ਇੱਕ ਆ ਇਹ ਅਤੇ ਆ ਸਾ ਆਹ ਆ ਗਏ ਛੋਟੇ ਆ ਇਹਨਾਂ ਦਾ ਰੋਟਾਵੇਟਰ ਆ ਗਿਆ ਅਤੇ ਇਹਨੂੰ ਲਾ ਕੇ ਤੁਸੀਂ ਸੁਪਰ ਸੀਡਰ ਵੀ ਬਣਾ ਸਕਦੇ ਹੋ ਜੋੜ ਕੇ ਅਤੇ ਉਤਾਰ ਕੇ ਇਕੱਲਾ ਰੋਟਾਵੇਟਰ ਦਾ ਵੀ ਕੰਮ ਲੈ ਸਕਦੇ ਹੋ ਸਿਰਫ 4 ਨਟ ਉੱਪਰ ਇੱਕ ਸਾਈਡ 'ਤੇ ਸਿਰਫ 5 ਨਟ ਨੇ 5 ਨਟ ਇੱਧਰ ਖੋਲ੍ਹਣੇ ਨੇ 5 ਨਟ ਉੱਧਰ ਖੋਲ੍ਹਣੇ ਨੇ ਤੁਹਾਡਾ ਸੁਪਰ ਸੀਡਰ ਤੋਂ ਰੋਟਾਵੇਟਰ ਬਣ ਜੂ ਦੇਖੋ ਜੀ ਮਤਲਬ ਇਹ ਸੁਪਰ ਸੀਡਰ ਲੈ ਲੈਣਾ ਤਾਂ ਰੋਟਾਵੇਟਰ ਦਾ ਕੰਮ ਜਿਵੇਂ ਆਲੂਆਂ ਦੀ ਵਾਹੀ ਕਰਨੀ ਆ ਅਤੇ ਬਾਅਦ 'ਚ ਕਣਕ ਦੀ ਬਿਜਾਈ ਲਈ ਸੁਪਰ ਸੀਡਰ ਵੀ ਇੱਕੋ ਚੀਜ਼ ਦੋਨਾਂ ਦਾ ਕੰਮ ਕਰਦੀ ਆ ਉਹਦੇ ਲਈ ਇਹ ਚੀਜ਼ ਫਾਇਦੇਮੰਦ ਆ ਅਤੇ ਇਹ ਇਹਨਾਂ ਦਾ ਛੋਟਾ 56,000 ਦਾ 5,000 ਡਿਸਕਾਊਂਟ 51,000 ਦਾ 16 ਬਲੇਡ ਨੇ ਇਹ 'ਚ ਸੁਪਰ ਸੀਡਰ ਵਾਲੇ ਬਲੇਡ ਨੇ ਇਹ ਸੀ ਸਾਰੇ ਗੀਅਰ ਦੇ ਇੰਪਲੀਮੈਂਟ ਹੀ ਅਤੇ ਚੱਲਦੇ ਹੁਣ ਕਿਸੇ ਨਵੀਂ ਸਟਾਲ 'ਤੇ